ਨੇ ਚਰਨਜੀਵ ਕੌਸ਼ਲ ਚਰਨਜੀਵ ਕੀ ਕੁਝ ਰੌਣਕਾਂ ਪੰਚਾਇਤੀ ਚੋਣਾਂ ਦੀਆਂ ਕਿਉਂਕਿ ਅੱਜ ਪਹਿਲਾ ਦਿਨ ਫਾਈਲਿੰਗ ਆਫ ਨੋਮੀਨੇਸ਼ਨ ਪੇਪਰਸ ਦਾ ਤਾਂ ਬਿਲਕੁਲ ਸਰਬਜੋਤ ਇਸ ਵਕਤ ਅਸੀਂ ਪਿੰਡ ਬਡਰੁੱਖਾਂ ਦੇ ਵਿੱਚ ਹਾਂ। ਵੱਡੀ ਗੱਲ ਮਹਾਰਾਜਾ ਰਣਜੀਤ ਸਿੰਘ ਦੇ ਨਾਨਕੇ ਪਿੰਡ ਨੇ, ਪਿੰਡ ਬਡਰੁੱਖਾਂ ਵੱਡਾ ਪਿੰਡ ਆ, 7000 ਪਿੰਡ ਦੀ ਵੋਟ ਆ। ਤਾਂ ਪਹਿਲਾ ਦਿਨ ਅੱਜ ਨਾਮਜ਼ਦਗੀ ਦਾ ਨੋਮੀਨੇਸ਼ਨ ਫਾਈਲ ਕਰਨੀ ਹੈ, ਤਾਂ ਕਿਤੇ ਨਾ ਕਿਤੇ ਲੋਕ ਇਕੱਠ ਕਰਕੇ ਆਪਣੇ ਸਰਪੰਚ ਜਾਂ ਆਪਣੇ ਉਮੀਦਵਾਰ ਦੀ ਤਿਆਰੀ ਆ ਜਿਹੜੀ ਉਹ ਕਰ ਰਹੇ ਨੇ। ਪਿੰਡ ਦੇ ਵਿੱਚ ਦੇਖ ਸਕਦੇ ਹੋ ਕਿ 7 ਦੇ ਵਿੱਚ ਮੌਜੂਦ ਆ, ਉਹ 7 ਜਿਹੜੀਆਂ 7ਾਂ ਦੇ ਵਿੱਚ ਹਮੇਸ਼ਾ ਗੱਲਾਂ ਬਾਤਾਂ ਹੁੰਦੀਆਂ ਨੇ, ਉਹ 7 ਜਿੱਥੇ ਲੋਕ ਚੁਣਦੇ ਨੇ ਕਿ ਅਸੀਂ ਕਿਹਨੂੰ ਅੱਗੇ ਲੈ ਕੇ ਆਉਣਾ, ਕਿਹਨੂੰ ਪਿੱਛੇ ਲੈ ਕੇ ਆਉਣਾ, ਕਿਹੜਾ ਮੈਂਬਰ ਬਣਾਉਣਾ, ਕਿਹੜਾ ਸਰਪੰਚ ਬਣਾਉਣਾ। ਤਾਂ ਕਿਤੇ ਨਾ ਕਿਤੇ ਚਰਚਾਵਾਂ ਜ਼ਰੂਰ ਨੇ, ਗੱਲਬਾਤ ਪਹਿਲਾਂ ਕਰਦੇ ਆ ਸੀਨੀਅਰ ਪੱਤਰਕਾਰ ਨੇ ਸਾਡੇ ਗੁਰਦੀਪ ਸਿੰਘ ਲਾਲੀ ਜੀ। ਲਾਲੀ ਜੀ, ਕਿਵੇਂ ਦੇਖਦੇ ਹੋ ਤੁਹਾਡਾ ਪਿੰਡ ਇਸ ਜਗ੍ਹਾ ਇਕੱਠਾ ਹੋਇਆ, ਚੁਣ ਕਿਹਨੂੰ ਰਹੇ ਹੋ, ਉਮੀਦਵਾਰ ਕਿਹੜਾ ਰੱਖਣਾ ਸਰਪੰਚੀ ਦਾ? ਉਮੀਦਵਾਰ ਉਹੀ ਰੱਖਣਾ ਵੀ ਜਿਹੜਾ ਪਿੰਡ ਦੇ ਵਧੀਆ ਕੰਮ ਕਰੇ। ਸਾਡੇ ਪਹਿਲਾਂ ਮਿੰਟੂ ਜੀ, ਇਹਨਾਂ ਦੇ ਮਾਤਾ ਜੀ ਸਰਪੰਚ ਰਹੇ ਨੇ 5 ਸਾਲ, ਇਸ ਵਾਰ ਇਹ ਖੁਦ ਚੋਣ ਮੈਦਾਨ 'ਚ ਨੇ, ਅਤੇ ਵਧੀਆ ਗੱਲ ਹੈ। ਪਹਿਲਾਂ ਵੀ 13 ਤੋਂ 18 ਤੱਕ ਇਹਨਾਂ ਦੇ ਮਾਤਾ ਜੀ ਸਰਪੰਚ ਰਹੇ ਨੇ, ਉਦੋਂ ਪਿੰਡ ਨੂੰ ਨੈਸ਼ਨਲ ਅਵਾਰਡ ਮਿਲਿਆ, ਵਧੀਆ ਕੰਮਾਂ ਦੀ ਬਦੌਲਤ ਹੀ ਮਿਲਿਆ। ਸੈਂਟਰ ਗੌਰਮੈਂਟ ਨੇ ਜਮਸ਼ੇਦਪੁਰ ਦੇ ਵਿੱਚ ਨੈਸ਼ਨਲ ਅਵਾਰਡ ਨਾਲ ਸਨਮਾਨਿਤ ਕੀਤਾ ਸੀ, ਪਿੰਡ ਲਈ ਮਾਣ ਵਾਲੀ ਗੱਲ ਹੈ। ਹੁਣ ਵੀ ਪਿੰਡ ਦਾ ਮਾਹੌਲ ਭਖ ਰਿਹਾ ਪੂਰਾ, ਮਤਲਬ ਪਹਿਲਾਂ ਹੀ ਜਿਹੜੀਆਂ ਪੰਚਾਇਤ ਚੋਣਾਂ ਲੇਟ ਹੋ ਰਹੀਆਂ ਨੇ, ਲੋਕ ਪੰਚਾਇਤਾਂ ਅਤੇ ਲੋਕ ਪੰਚਾਇਤੀ ਚੋਣ ਉਡੀਕ ਰਹੇ ਸੀ ਲੰਮੇ ਸਮੇਂ ਤੋਂ। ਤੁਹਾਡੀਆਂ ਵੀ ਲਿਸਟਾਂ ਬਣ ਗਈਆਂ ਹੋਣੀਆਂ, ਕਿਉਂਕਿ 5 ਸਾਲ ਦੇ ਲਈ ਅਗਰ ਤੁਸੀਂ ਕਿਸੇ ਨੂੰ ਨੋਮੀਨੇਸ਼ਨ ਫਾਈਲ ਕਰਨ ਲਈ ਤਿਆਰ ਕਰਨ ਕਿ ਇਹ ਸਾਡਾ ਸਰਪੰਚ ਆ, ਉਦੋਂ ਡਿਮਾਂਡਸ ਕਿਹੜੀਆਂ ਨੇ? ਤੁਹਾਡਾ ਵੱਡਾ ਪਿੰਡ ਤੁਸੀਂ ਦੱਸ ਰਹੇ ਹੋ, 7000 ਪਿੰਡ ਦੀ ਵੋਟ ਆ, ਕਿਹੜੇ ਕਿਹੜੇ ਕੰਮ ਹੈਗੇ ਨੇ ਪਿੰਡ ਦੇ ਵਿੱਚ, ਤਾਂ ਕਿਹੜੇ ਕੰਮ ਹੋਣ ਵਾਲੇ ਨੇ? ਜਿਹੜੇ ਹੋਣ ਵਾਲੇ ਨੇ ਪਹਿਲਾਂ ਉਹ ਮੰਗ ਦੱਸੋ ਕਿ ਇਹ ਮੰਗ ਤੁਸੀਂ ਸਰਪੰਚ ਤੋਂ ਕਰਨੀ ਆ, ਵੀ ਇਹ ਕੰਮ ਤੋਂ ਸਾਨੂੰ ਕਰਾ ਕੇ ਦੇਣੇ ਨੇ। ਸਭ ਤੋਂ ਵੱਡਾ ਜਿਹੜਾ ਮੁੱਦਾ ਜੀ, ਨਸ਼ਿਆਂ ਦਾ ਮੁੱਦਾ ਹੈ। ਸਰਪੰਚ ਸਾਹਿਬ ਜਿਹੜੇ ਚੋਣ ਮੈਦਾਨ 'ਚ ਉਮੀਦਵਾਰ ਨੇ ਸਰਪੰਚੀ ਦੀ, ਉਹਨਾਂ ਤੋਂ ਡਿਮਾਂਡ ਕੀਤੀ ਹੈ ਨੌਜਵਾਨਾਂ ਨੇ, ਸਾਰੇ ਪਿੰਡ ਦੇ ਲੋਕਾਂ ਨੇ, ਵੀ ਪਿੰਡ 'ਚੋਂ ਜਿਹੜਾ ਨਸ਼ਾ ਹੈ ਉਹ ਬਿਲਕੁਲ ਜੜੋਂ ਖਤਮ ਕੀਤਾ ਜਾਵੇ, ਕਿਉਂਕਿ ਇੰਨਾ ਨਸ਼ਾ ਨਹੀਂ ਹੈਗਾ ਪਿੰਡ ਦੇ ਵਿੱਚ ਬਹੁਤ ਜ਼ਿਆਦਾ, ਪਰ ਫਿਰ ਵੀ ਬਹੁਤ ਵੀ ਵਿਕਰੀ ਹੈ ਨਹੀਂ ਪਿੰਡ ਦੇ ਵਿੱਚ। ਜਿਹੜੇ ਖਾਂਦੇ ਨੇ ਉਹਨਾਂ ਦਾ ਇਲਾਜ ਕੀਤਾ ਜਾਵੇ, ਉਹਨਾਂ ਨੂੰ ਨਸ਼ੇ ਤੋਂ ਦੂਰ ਕੀਤਾ ਜਾਵੇ। ਠੀਕ ਹੈ ਬਾਈ ਜੀ, ਤੁਹਾਡੀ ਨਾਮ ਤੁਹਾਡਾ ਫਾਈਨਲ ਕਰਿਆ, ਕਹਿੰਦੇ ਉਮੀਦਵਾਰ ਤੁਸੀਂ ਹੋ, ਤਾਂ ਸਰਪੰਚੀ ਦਾ ਸਭ ਤੋਂ ਵੱਡਾ ਚੈਲੇਂਜ ਤੁਹਾਡੇ 'ਤੇ ਨਸ਼ੇ ਦਾ ਰੱਖਤਾ, ਨਸ਼ਾ ਕੰਟਰੋਲ ਕਰਨਾ, ਤਾਂ ਕਹਿੰਦੇ ਵੋਟਾਂ ਪਾਵਾਂਗੇ। ਬਿਲਕੁਲ ਬਾਈ ਜੀ, ਪਹਿਲੀ ਗੱਲ ਤਾਂ ਜਿਹੜੇ ਸਾਡੇ ਕੋਲ ਕੇਸ ਨੇ ਨਸ਼ੇ ਦੇ 10 ਤੋਂ 12 ਨੇ, ਜਿਹੜੇ ਅੰਡਰਗਰਾਊਂਡ ਨੇ, ਛੋਟੇ ਬੱਚੇ ਨੇ, ਉਹਨਾਂ ਦਾ ਹਜੇ ਕਿਹੜਾ ਹੈਗਾ, ਉਹ ਕਈਆਂ ਨੂੰ ਵਹਿਮ 'ਚ ਕਹਿ ਦਿੰਦੇ ਹਾਂ, ਉਹ ਜਿਹੜੇ 10-12 ਪਿੱਛੇ ਜੇ ਆਏ ਸੀਗੇ ਕੇਸ, ਆ ਉਹਨਾਂ 'ਚੋਂ 4 ਦੀ ਤਾਂ ਡੈਥ ਹੋ ਚੁੱਕੀ, 2 ਬੈੱਡ 'ਤੇ ਪਏ ਆ, ਜਿਹੜੇ ਬਾਕੀ ਹੈਗੇ ਆ ਥੋੜ੍ਹੇ ਬਹੁਤੇ, ਉਹਨਾਂ ਨੂੰ ਪਹਿਲਾਂ ਤਾਂ ਟਿਕਾ ਕੇ ਵੜਿਆ ਕੇ ਉਹਨਾਂ ਨੂੰ ਮੁੱਖ ਧਾਰਾ 'ਚ ਲਿਆ ਕੇ ਉਹਨਾਂ ਨੂੰ ਨਸ਼ਾ ਰਹਿਤ ਕਰਾਂਗੇ। ਜ਼ਿੰਮੇਵਾਰੀ ਵੱਡੀ ਹੈ, ਕਿਉਂਕਿ ਤੁਹਾਡੀ 7000 ਅਗਰ ਵੋਟ ਆ ਤਾਂ 10-12 ਹਜ਼ਾਰ ਪਾਪੂਲੇਸ਼ਨ ਹੋਣੀ ਆ, ਤਾਂ ਸਰਪੰਚ ਦੀ ਜ਼ਿੰਮੇਵਾਰੀ ਵੱਡੀ ਆ, ਕੰਟਰੋਲ ਕਿਵੇਂ ਕਰਨਾ, ਕਿਉਂਕਿ ਅਗਰ ਤੁਸੀਂ ਪਿੰਡ ਦੇ ਕੰਮ ਕਰਨੇ ਨੇ, ਜਿਹੜੀਆਂ ਡਿਮਾਂਡਸ ਦੱਸ ਰਹੇ ਨੇ, ਵਿੱਚ ਬਾਪੂ ਜੀ ਕਹਿੰਦੇ ਪੈਲਸ ਬਣਾ ਕੇ ਦੇਣਾ, ਕਹਿੰਦੇ ਸਾਡੇ ਗਰੀਬ ਬੰਦਿਆਂ ਦੇ ਵਿਆਹਾਂ ਦੇ ਲਈ ਸਾਨੂੰ ਪੈਲਸ ਵੀ ਚਾਹੀਦਾ। ਪੈਲਸ ਅਧੂਰਾ ਪਿਆ, ਪਿੱਛੇ ਉਦੋਂ ਪੈਲਸ ਦੀਆਂ ਨਿਉਆਂ ਮਹੀ ਰੱਖ ਲਈਆਂ ਸੀਗੀਆਂ, ਉਹ ਤੋਂ ਬਾਅਦ 'ਚ ਉਹ ਪੂਰਾ ਨਹੀਂ ਹੋਇਆ। ਤਾਂ ਹੁਣ ਫਿਰ ਤਿਆਰੀਆਂ ਕਿਵੇਂ ਨੇ, ਕਿਉਂਕਿ ਦਿਨ ਰਹਿ ਗਏ ਥੋੜ੍ਹੇ, ਦਿਨ ਦੀ ਕਿਰਿਆ ਕੀ ਆ, ਰਾਤ ਦੀ ਕਿਰਿਆ ਕੀ ਆ, ਕਿਸ ਤਰੀਕੇ ਨਾਲ ਚੱਲਦੇ ਨੇ ਕੰਮ? ਫਿਲਹਾਲ ਆ ਜਿਹੜੀ ਦਿਨ ਰਾਤ ਦੀ ਕਿਰਿਆ, ਅੱਜ ਅਸੀਂ ਸਟਾਰਟ ਹੋਣਾ ਪਹਿਲੀ ਵਾਰ ਇੱਥੇ ਬੈਠ ਕੇ ਹੁਣ ਸ਼ੁਰੂ ਕਰ ਰਹੇ ਹਾਂ, ਔਰ ਮੈਨੂੰ ਮੇਰਾ ਨਗਰ 'ਤੇ ਇੰਨੀ ਕੁ ਆਸ ਆ ਕਿਉਂਕਿ ਜਾਣਦੇ ਨੇ ਸਾਰੇ ਵੀ ਮਿੰਟੂ ਕੌਣ ਹੈ, ਮੈਂਬਰ ਕੌਣ ਹੈ, ਹਰ ਇੱਕ ਦੇ ਕੰਮਾਂ ਨੂੰ ਦੇਖਿਆ ਹੋਇਆ। ਵੋਟਾਂ ਪੱਕੀਆਂ ਨੇ? ਵੋਟਾਂ ਪੱਕੀਆਂ, ਮੈਂ ਜਮਾਂ ਕੰਨ ਭਰ ਸੁੱਤਾ ਬੈਠਾ ਵੀ ਨਗਰ ਮੇਰਾ ਪੁੱਛਦਾ, ਵੋਟਾਂ ਪਾਉਣ ਵਾਲਿਆਂ ਨੂੰ ਪੁੱਛਦਾ, ਬਾਪੂ ਜੀ ਕਿਵੇਂ ਲੱਗਦਾ ਮਾਹੌਲ ਤੁਹਾਡਾ? ਬਹੁਤ ਵਧੀਆ ਲੱਗਦਾ ਜੀ, ਹਾਂ ਵੀ ਸਾਡੇ ਹਿਸਾਬ ਨਾਲ ਤਾਂ ਬਹੁਤ ਵਧੀਆ ਖੜੇ ਹੋਏ ਨੇ ਇਹ ਸਰਪੰਚ ਸਾਹਿਬ ਦੁਬਾਰੇ, ਹਾਂ ਜੀ ਜ਼ਰੂਰ ਵੋਟਾਂ ਇਹਨਾਂ ਨੂੰ ਪਾਵਾਂਗੇ ਜੀ ਸਾਰੇ। ਵੋਟਾਂ ਤਾਂ ਪਾਉਂਗੇ, ਕੰਮ ਕਿਹੜੇ ਕਿਹੜੇ ਨੇ ਜਿਹੜੇ ਅੜੀ ਜਾਲੀ ਨੇ ਵੀ ਹਾਂ ਇਹ ਸਾਨੂੰ ਚਾਹੀਦਾ? ਬਸ ਇਹ ਨਸ਼ੇ ਦੇ ਨੇ ਜੀ, ਪਾਣੀਆਂ ਪੂਣੀਆਂ ਦੇ ਮਾੜੇ ਮੋਟੇ ਮੁੱਦੇ ਨੇ ਜੀ, ਬਾਕੀ ਇਹਦਾ ਪੈਲਸ ਦਾ ਜੀ, ਬਸ ਇਹੀ ਮੁੱਦੇ ਨੇ ਜੀ। ਠੀਕ ਹੈ, ਹਾਂਜੀ। ਉਹ ਤਿਉਹਾਰ ਵਾਲੇ ਦਿਨ ਚੱਲ ਪਏ ਹੋਣੇ ਹੁਣ,
ਤਿਉਹਾਰ ਹੀ ਹੈ ਵੀ ਕਿਤੇ ਨਾ ਕਿਤੇ ਤਿਉਹਾਰ ਹੀ ਹੈ ਜੀ। ਪੀਣ ਪੂਣ ਵਾਲਿਆਂ ਵਾਸਤੇ ਵੀ ਤਿਉਹਾਰ ਹੁੰਦਾ, ਕਹਿੰਦੇ ਸ਼ਾਮ ਨੂੰ ਵਧੀਆ ਸਰਪੰਚਾਂ ਨੂੰ ਜ਼ਿੰਮੇਵਾਰੀ ਹੁੰਦੀ ਵੀ। ਹਾਂ ਜੀ, ਉਹਨਾਂ ਨੇ ਵੀ ਉਮੀਦਾਂ ਲਾ ਰੱਖੀਆਂ ਨੇ। ਅੱਛਾ, ਉਹ ਵੀ ਜ਼ਰੂਰੀ ਹੈ, ਉਹ ਉਮੀਦ ਚੱਲਦੇ ਨੇ ਮਾਹੌਲ ਸਾਰੇ। ਪਰ ਜਦੋਂ ਸਿੰਘ ਫਸ ਜਾਂਦੇ ਨੇ ਫਿਰ ਤਾਂ ਚੱਲਦਾ ਹੀ ਹੈ ਸਭ ਕੁਝ। ਤੁਹਾਡੇ ਪਿੰਡ 'ਚ ਸਿੰਘ ਕਿਵੇਂ ਫਸਣਗੇ? ਜਿਵੇਂ 7000 ਵੋਟ ਆ, ਵੱਡਾ ਪਿੰਡ ਆ, ਵੱਡੇ ਪਿੰਡਾਂ 'ਚ ਤਾਂ ਪੈਂਦਾ ਕੜਮਸ। ਹਾਂ ਜੀ, ਪੈ ਜਾਂਦਾ ਕੜਮਸ ਤਾਂ ਹੌਲੀ ਹੌਲੀ ਭਗਦਾ ਮੁੱਦਾ, ਫਿਰ ਦੇਖੋ ਕੀ ਮਾਹੌਲ ਬਣਦਾ ਹੈ। ਅਸਲ ਤਾਂ ਜਾ ਕੇ ਨੇੜੇ ਜੇ ਜਾ ਕੇ ਥੋੜ੍ਹਾ ਜਿਹਾ ਗਰਮ ਹੁੰਦਾ, ਫਿਲਹਾਲ ਤਾਂ ਹਜੇ ਸ਼ੁਰੂ ਹੀ ਹੋਇਆ, ਕੋਈ ਐਡੀ ਨਹੀਂ। ਦਿਨ ਥੋੜ੍ਹੇ ਰਹਿ ਗਏ ਨਾ, ਇੰਨੇ ਥੋੜ੍ਹੇ ਦਿਨਾਂ ਦੇ ਵਿੱਚ ਤਾਂ ਕਹਿੰਦੇ 24 ਘੰਟੇ ਸਰਵਿਸ ਦੇਣੀ ਪਊਗੀ ਤਾਂ ਜਾ ਕੇ ਲੋਕਾਂ ਨੂੰ ਮਿਲਿਆ ਜਾਊਗਾ। ਹਾਂਜੀ ਹਾਂ, ਇਹ ਤਾਂ ਫਿਰ ਰਿਸ਼ਤੇਦਾਰਾਂ ਨੂੰ ਕਿੰਨਾ ਕੁ ਕੈਪਚਰ ਕਰਦੇ ਨੇ, ਕਿਉਂਕਿ ਜਦੋਂ ਵੋਟਾਂ ਪੈਣੀਆਂ ਨੇ ਨਾ, ਤੁਹਾਡੇ 2 ਬੰਦੇ ਖੜੇ ਹੋ ਗਏ ਤਾਂ ਫਿਰ ਰਿਸ਼ਤੇਦਾਰਾਂ ਤੱਕ ਜਾਣਗੇ ਵੀ ਹਾਂ ਜੀ ਇਹਦੀ ਭੂਆ ਦੀ ਕੁੜੀ ਤੋਂ ਫੋਨ ਕਰਾਓ, ਇਹਦੇ ਸਹੁਰੇ ਕਿੱਥੇ ਨੇ, ਇਹਦੀ ਕੁੜੀ ਕਿੱਥੇ ਵਿਆਹੀ ਹੋਈ ਆ। ਐਂ ਚੱਲਦਾ ਤੁਹਾਡੇ ਪਿੰਡਾਂ 'ਚ ਕੰਮ? ਉਹ ਵਾਰਡਾਂ 'ਚ ਜਦੋਂ ਮੈਂਬਰੀ ਦੇ ਥੋੜ੍ਹੇ ਜਿਹੇ ਕੰਪੀਟੀਸ਼ਨ ਟਫ ਹੋ ਜਾਂਦੇ ਨੇ ਨਾ, ਉੱਥੇ ਥੋੜ੍ਹਾ ਜਿਹਾ ਚੱਲਦਾ। ਸਰਪੰਚੀ ਦਾ ਥੋੜ੍ਹਾ ਜਿਹਾ ਘੱਟ ਜਾਂਦਾ, ਵੈਸੇ ਚੱਲਦਾ ਤਾਂ ਹੈ। ਰਿਸ਼ਤੇਦਾਰਾਂ ਨੂੰ ਫੋਨ ਕਰਾਉਂਦੇ ਨੇ, ਮਿਲਾਉਂਦੇ ਨੇ ਬੰਦੇ, ਜੇ ਕੋਈ ਬੰਦਾ ਆਪਣੇ ਫਰਜ਼ ਕਰੋ ਬਾਈ ਜੀ ਦੇ ਬਰਾਬਰ ਕੋਈ ਐਂਟੀ ਖੜਾ ਹੈ, ਕੋਈ ਵੋਟ ਨੂੰ ਆਨਾਕਾਨੀ ਕਰਦਾ ਜਾਂ ਉੱਧਰ ਦਾ, ਉਹਨੂੰ ਪੱਟਣ ਪੁੱਟਣ ਵਾਸਤੇ ਚੱਲਦਾ ਕੰਮ ਇਹ। ਠੀਕ ਹੈ, ਤਾਂ ਇੱਧਰ ਨੌਜਵਾਨ ਭਰਾ ਮੌਜੂਦ ਨੇ, ਉਹਨਾਂ ਨੂੰ ਪੁੱਛਦੇ ਬਾਈ ਕਿਵੇਂ ਦੇਖਦੇ ਹੋ? ਕਹਿੰਦੇ ਵੋਟ ਤੁਹਾਡੀ ਆ, ਤੁਹਾਡਾ ਹੱਕ ਆ, ਜਿਹੜੀ ਰਿਸ਼ਤੇਦਾਰਾਂ ਦੀ ਗੱਲ ਆ ਉਹ ਜਾਇਜ਼ ਲੱਗਦੀ ਆ ਤੁਹਾਨੂੰ? ਕਿਵੇਂ ਜੀ, ਦੁਬਾਰਾ ਰਿਪੀਟ ਕਰੋ ਜੀ। ਵੋਟ ਤੁਹਾਡੀ ਆ, ਕਹਿ ਦਈਏ ਵੀ ਹਾਂ ਉਹਨੂੰ ਕਹਿ ਕੇ ਇਹ ਤੋਂ ਵੋਟ ਪਾ ਲਓ, ਉਹਨੂੰ ਕਹਿ ਕੇ ਵੋਟ ਪਾ ਲਓ। ਦੇਖੋ, ਰਿਸ਼ਤੇਦਾਰਾਂ ਦਾ ਆਪਣੇ ਪਿੰਡ ਦਾ ਰਿਸ਼ਤੇਦਾਰ ਆਪਦੇ ਪਿੰਡ ਦੇਖਣ, ਠੀਕ ਹੈ, ਜਿਹੜੇ ਪਿੰਡ ਦੇ ਵਿੱਚ ਵਿਕਾਸ ਹੋਣਾ ਹੈਗਾ ਜਾਂ ਕਰਨਾ ਹੈਗਾ ਉਹ ਆਪਦੇ ਪਿੰਡ ਦਾ ਬੰਦਾ ਦੇਖਣ, ਬੰਦੇ ਦੀ ਨੀਅਤ ਦੇਖਣ। ਠੀਕ ਹੈ ਨਾ, ਨੌਜਵਾਨ ਹੋ ਤੁਸੀਂ, ਤੁਹਾਨੂੰ ਕਿਹੜੀ ਡਿਮਾਂਡ ਲੱਗਦੀ ਹੈ ਵੀ ਪਿੰਡ ਬਡਰੁੱਖਾਂ ਦਾ ਅਗਰ ਇਹ ਕੰਮ ਹੋਊਗਾ ਤਾਂ ਇਹਨੂੰ ਬਾਈ ਨੂੰ ਵੋਟ ਪਾਵਾਂਗੇ? ਦੇਖੋ, ਪਤਾ ਕੀ ਹੈ, ਇਹਨਾਂ ਤੋਂ ਸਾਨੂੰ ਆਸ ਕਿਸ ਗੱਲ ਦੀ ਹੈਗੀ? ਇਹਨਾਂ ਨੇ 13 ਤੋਂ 18 ਦੇ ਵਿੱਚ ਬਹੁਤ ਵਧੀਆ ਕੰਮ ਕਰੇ ਨੇ, ਬਕਾਇਦਾ ਇਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਹੈਗਾ। ਕਈ ਵਾਰ ਐਂ ਦੇਖਿਆ ਵੀ ਪਹਿਲਾਂ ਬੰਦਾ ਕਹਿੰਦਾ ਮੇਰੀ ਪਹਿਲਾਂ ਕੰਮ ਕਰੇ ਉਹਨੇ ਉਹਦੇ ਹਿਸਾਬ ਨਾਲ ਵੋਟਾਂ ਲੈ ਲਈਏ, ਗਾਹ ਨੂੰ ਸਾਰਾਂਗੇ? ਨਹੀਂ ਵੀਰੇ, ਇਹ ਬੰਦੇ ਦੀ ਨੀਅਤ ਤੋਂ ਪਤਾ ਲੱਗੀ ਜਾਂਦਾ ਹੈ ਨਾ। ਹਾਂ, ਸਾਨੂੰ ਪੂਰੀ ਉਮੀਦ ਹੈ ਕਿ ਵੀ ਇਹ ਬਹੁਤ ਵਧੀਆ ਕੰਮ ਕਰਨਗੇ। ਬਾਕੀ ਮੈਂ ਖੁਦ ਪੰਚ ਦੇ ਤੌਰ ਤੇ ਮੈਂ ਲੜ ਰਿਹਾਗਾ, ਮੈਂ ਆਪ ਮੈਦਾਨ ਚ ਤਾਂ ਹੀ ਕਰਿਓ ਕਰਾਂਗੇ ਕੰਮ। ਹਾਂ ਬਿਲਕੁਲ, ਪੂਰੀ ਫੁੱਲ ਸਪੋਰਟ ਕਰਾਂਗੇ ਵੀਰੇ, ਠੀਕ ਹੈ, ਤੇ ਸਾਡੀ ਆਪਣੀ ਵੀ ਪੂਰੀ ਸੁੱਖ ਨਾਲ ਤਿਆਰੀ ਹੈਗੀ, ਕਿਉਂਕਿ ਨੌਜਵਾਨਾਂ ਲਈ ਕੀ ਕਰੋਗੇ? ਮੇਰਾ ਇੱਕ ਸਵਾਲ ਆ, ਨੌਜਵਾਨਾਂ ਲਈ ਵੱਡਾ ਕੰਮ ਕੀ ਕਰੋਗੇ? ਗਲੀਆਂ ਨਾਲੀਆਂ ਬਣਦੀਆਂ ਹੀ ਆ। ਨੌਜਵਾਨਾਂ ਲਈ ਅਸੀਂ ਸ਼ੁਰੂ ਤੋਂ ਚੱਲ ਰਿਹਾ, ਆਹ ਸਾਡੇ ਬਾਈ ਬੈਠੇ ਨੇ ਕਲੱਬ ਵਾਲੇ, ਅਸੀਂ ਹਰ ਸਾਲ ਮਤਲਬ ਕਿ ਇੱਥੇ ਕਬੱਡੀ ਕੱਪ ਹੁੰਦਾ ਹੈਗਾ, ਕਿਉਂਕਿ ਜੇ ਖੇਡਾਂ ਹੋਣਗੀਆਂ, ਖੇਡਾਂ ਦੇਖਣ ਜਾਣਗੇ ਬੱਚੇ ਤਾਂ ਗਾਹਾਂ ਪ੍ਰੇਰਿਤ ਹੋਣਗੇ, ਤਾਂ ਹੀ ਉਹ ਨਸ਼ਿਆਂ ਤੋਂ ਦੂਰ ਹੋਣਗੇ। ਜਿੰਮ ਜੁੰਮ ਬਣਾਈ ਹੋਈ ਹੈ ਪਿੰਡ 'ਚ, ਕੋਈ ਸਪੋਰਟਸ ਖੇਡ ਮੈਦਾਨ ਸਟੇਡੀਅਮ ਕੀ ਹੈਗਾ ਤੁਹਾਡੇ ਪਿੰਡ 'ਚ ਤਾਂ ਕੀ ਲੈ ਕੇ ਆਉਣਾ? ਓਪਨ ਜਿੰਮ ਸਾਡੇ ਬਣ ਰਹੀ ਹੈ ਜੀ, ਠੀਕ ਹੈ, ਹੋਰ ਵਾਲੀਬਾਲ ਦਾ ਗਰਾਊਂਡ ਵੀ ਬਣ ਰਿਹਾ ਹੈਗਾ, ਠੀਕ ਹੈ। ਬਾਕੀ ਅੱਗੇ ਸਾਡੀ ਜਿਹੜੀ ਡਿਮਾਂਡ ਹੈਗੀ ਇਹੀ ਹੈ ਵੀ ਅਸੀਂ, ਮੈਂ ਤਾਂ ਇਹ ਚਾਹੁੰਦਾ ਹਾਂ ਵੀ ਸਾਡੇ ਪਿੰਡ ਦੇ ਵਿੱਚ ਸਪੈਸ਼ਲ ਕੋਚ ਹੋਣ, ਜਿਵੇਂ ਅਕਸਰ ਵੱਡੇ ਸ਼ਹਿਰਾਂ ਦੇ ਵਿੱਚ ਹੁੰਦੇ ਨੇਗੇ ਜੀ, ਹੈ ਨਾ, ਵੀ ਇੱਥੇ ਅਸੀਂ ਕੋਚ ਲੈ ਕੇ ਆਵਾਂਗੇ ਤਾਂ ਜੋ ਜਿਹੜੇ ਮਤਲਬ ਕਿ ਬੱਚੇ ਨੇਗੇ ਉਹ ਨਸ਼ੇ ਕਿ ਨਹੀਂ ਜਾਣ ਹੀ ਨਾ। ਸਰਪੰਚ ਸਾਹਿਬ ਕਹਿੰਦੇ ਨਸ਼ਾ ਲੈ ਕੇ ਨਹੀਂ ਆਉਣਾ, ਤੁਸੀਂ ਕਹਿ ਰਹੇ ਨਸ਼ੇ ਕਿ ਨਹੀਂ, ਪਰ ਵਿੱਚ ਕਹਿੰਦੇ ਵੀ ਸ਼ਾਮ ਨੂੰ ਬੋਤਲਾਂ ਵੀ ਹੁੰਦੀਆਂ ਨੇ ਜੀ, ਕਹਿੰਦੇ ਸਰਪੰਚੀ 'ਚ, ਉਹਨਾਂ ਦਾ ਕੀ ਇਲਾਜ ਕਰੋਗੇ ਫਿਰ? ਦੇਖੋ ਵੀਰੇ, ਸਾਡੇ ਵੱਲੋਂ ਕੋਈ ਨੀਗਾ, ਜੇ ਕੋਈ ਕਰਦਾ ਤਾਂ ਕਰੀ ਜਾਣ ਦੋ, ਠੀਕ ਹੈ। ਸਾਡੀ ਜਿਹੜੀ ਆਪਣੀ ਸਾਡੀ ਨੀਅਤ ਹੈਗੀ, ਅਸੀਂ ਕਿਸੇ ਨੂੰ ਨਸ਼ਾ ਵੰਡਣੀ ਨੀਗਾ, ਕਿਉਂਕਿ ਅਸੀਂ ਨਸ਼ੇ ਦੇ ਤਾਂ ਪਹਿਲੀ ਖਿਲਾਫ ਹੈਗੇ, ਠੀਕ ਹੈ, ਅਸੀਂ ਆਪਣੇ ਵੱਲੋਂ ਇੱਦਾਂ ਦਾ ਕੁਛ ਵੀ ਨਹੀਂ ਕਰਦੇ ਹੈਗੇ। ਕਿਵੇਂ ਤਿਆਰੀ ਕਿਵੇਂ ਚੱਲਦੀ ਹੈ? ਦਿਨ ਥੋੜ੍ਹੇ ਰਹਿ ਗਏ। ਤਿਆਰੀ ਚੱਲ ਰਹੀ ਹੈ ਸਾਡੀ, ਤਾਂ ਪੂਰਾ ਜ਼ੋਰ ਲਗਾ ਸਰਬ ਸੰਮਤੀ ਕਰਾਉਣੀ ਆ। ਅੱਛਾ, ਤੇ ਜਿਹੜੇ ਮੋਹਤਵਰ ਬੰਦੇ ਨੇ ਉਹਨਾਂ ਨਾਲ ਸਾਡੀਆਂ ਮੀਟਿੰਗਾਂ ਚੱਲ। ਦੂਜਾ ਕੋਈ ਫਿਲਹਾਲ ਹੁਣ ਤੱਕ ਕੋਈ ਕੰਪੀਟੀਸ਼ਨ ਹੈ ਨਹੀਂ? ਹੈ ਨਹੀਂ, ਹੈ ਨਹੀਂ, ਕੋਈ ਨਹੀਂ ਹੈਗਾ ਜੀ ਮੁਕਾਬਲੇ ਦੇ ਵਿੱਚ। ਪਰ ਹੁਣ ਸਰਪੰਚ ਸਾਹਿਬ ਨੂੰ ਇਹ ਜਿਹੜੀ ਮੰਗ ਰੱਖੀ ਹੈਗੀ ਵੀ ਗਲੀਆਂ ਨਾਲੀਆਂ ਦਾ ਵਿਕਾਸ ਬਹੁਤ ਕਰਤਾ ਇਹਨਾਂ ਨੇ ਪਿਛਲੇ ਪਲਾਨ 'ਚ ਆਪਦੇ 'ਚ, ਹੁਣ ਅਸੀਂ ਸਿਰਫ ਇਕੱਲੇ ਯੂਥ ਵੱਲ ਧਿਆਨ ਦੇਣਾ ਉਹਦੇ ਵੱਲ। ਜੇ ਸਰਬ ਸੰਮਤੀ ਹੁੰਦੀ ਹੈ ਫਿਰ ਤਾਂ ਸਰਕਾਰ ਵੀ ਕਹਿੰਦੀ ਅਸੀਂ ਵੀ ਵੱਧ ਗਰੰਟ ਦੇਵਾਂਗੇ, 5 ਲੱਖ ਤਾਂ ਫਿਕਸ ਹੀ ਕਰਤਾ। ਸਾਡਾ ਸਟੇਡੀਅਮ ਪੈਂਡਿੰਗ ਪਿਆ, ਅਸੀਂ ਸਰਕਾਰ ਤੋਂ ਉਹ ਵੀ ਲੈ ਕੇ ਆਵਾਂਗੇ ਜੀ। ਵੱਡਾ ਹਸਪੀਟਲ, ਵੱਡਾ ਪਿੰਡ ਆ, ਵੱਡੇ ਹਸਪੀਟਲ ਦੀ ਮੰਗ ਰੱਖਾਂਗੇ ਜੀ। ਅਸੀਂ ਉਹੀ ਕਹਿੰਦੇ ਵੀ ਜਿਹੜਾ ਪੈਸਾ ਇੱਧਰ ਖਰਾਬ ਕਰਵਾਉਣਾ ਗਾ ਉਹੀ ਸਰਪੰਚ ਸਾਹਿਬ ਤੋਂ ਅਸੀਂ 4 ਪੈਸੇ ਕਿਸੇ ਪਾਸੇ ਕੰਮ 'ਤੇ ਹੋਰ ਲਵਾਵਾਂਗੇ ਚੰਗੇ 'ਤੇ। ਜੇ
ਜੇ ਸਰਪੰਚੀ ਲੜਦੇ ਤਾਂ ਕਿਤੇ ਨਾ ਕਿਤੇ ਨਾ ਕਰਕੇ ਵੀ ਖਰਚ ਵੱਡੇ ਆ ਜਾਂਦੇ। 1 ਲੱਖ ਰੁਪਏ ਦਾ ਵੱਡਾ ਪਿੰਡ ਆ ਜੀ, ਖਰਚਾ ਆਊਗਾ ਜੀ, ਇੰਨਾ ਕਦਾ ਨੋਰਮਲ ਹੀ ਆ ਜਾਂਦਾ ਨਾ। ਹੁਣ ਸਰਪੰਚ ਨੂੰ ਇਹੀ ਕਿਹਾ ਵੀ ਯੂਥ ਵੱਲ ਧਿਆਨ ਦੇਣਾ, ਗੇਮਾਂ ਵੱਲ ਲੈ ਕੇ ਜਾਣਾ, ਸਟੱਡੀ ਵੱਲ, ਕੋਈ ਵਧੀਆ ਕੋਚਿੰਗ ਸੈਂਟਰ ਬਣਾਉਣੇ ਨੇ ਪਿੰਡ ਦੇ ਵਿੱਚ, ਕੱਲੀਆਂ ਗਲੀਆਂ ਨਾਲ ਚ ਨੋਲ ਜੀ ਕਰਨਾ ਜੀ ਬਟੋਖਾਂ ਦੇ। ਤਾਂ ਇੱਧਰ ਗੱਲਬਾਤ ਕਰਦੇ ਹਾਂ, ਕੀ ਲੱਗਦਾ ਮੁੱਖ ਡਿਮਾਂਡ ਤੁਹਾਡੀ ਕੀ ਆ ਪਿੰਡ ਦੇ ਵਿੱਚ ਵੀ ਅਸੀਂ ਆਹ ਚੀਜ਼ ਭਾਈ ਸਰਪੰਚ ਤੋਂ ਕਰਾਉਣੀ ਆ, ਇਹ ਕਿਵੇਂ ਲੱਗਦਾ ਵੀ ਸਰਪੰਚ ਵੋਟਾਂ ਵੇਲੇ ਤਾਂ ਆਏ ਆ ਕੰਮ? ਨਹੀਂ ਨਹੀਂ ਮੈਂ ਤੁਹਾਨੂੰ ਸਿਰ ਪੁੱਛੂੰਗਾ ਕੰਮ ਵੇਲੇ ਆਏ ਸਰਪੰਚ ਚੱਲੂ ਤੁਹਾਡੇ ਨਾਲ? ਮੈਂ ਤਾਂ ਕਦੇ ਇਹ ਕੰਮ ਜੀ ਉੱਧਰ ਕੰਮ ਤੁਸੀਂ ਮੰਗੇ ਵੀ ਨਹੀਂ ਕੋਈ? ਨਾ ਜੀ ਨਾ। ਕਿਵੇਂ ਲੱਗਦਾ ਭਾਈ? ਵਧੀਆ ਜੀ। ਦੇਖੋ ਅਸੀਂ ਪਿੱਛੇ ਵੀ ਇਹਨਾਂ ਦੇ ਨਾਲ ਖੜੇ ਸੀ ਜਦੋਂ ਮਾਤਾ ਜੀ ਸਾਡੇ ਸਰਪੰਚ ਸੀਗੇ, ਹੁਣ ਵੀ ਇਹਨਾਂ ਦੇ ਨਾਲ ਆ। ਤੇ ਜਦੋਂ ਪਹਿਲਾਂ ਸਰਪੰਚੀ ਸੀ ਉਦੋਂ ਐਂ ਉਂਗਲੀ ਦੇ ਤੁਹਾਡੇ ਕੰਮ ਹੁੰਦੇ ਸੀ? ਮੈਂ ਖੁਦ ਉਦੋਂ ਪੰਚਾਇਤ ਮੈਂਬਰ ਰਿਹਾ ਜੀ, ਵਧੀਆ ਕੰਮ ਕੀਤੇ ਨੇ। ਜਿਹਾ ਜਿਹਾ ਕਿਹਾ ਸੀ ਮਤਲਬ ਕਿ ਡਿਮਾਂਡ ਸੀ ਲੋਕਾਂ ਦੀ, ਉਹੋ ਜਿਹਾ ਕੰਮ ਹੋਇਆ, ਜਿਵੇਂ ਪਾਰਕ ਵਗੈਰਾ ਹੋ ਗਏ, ਸ਼ੈੱਡ ਬਹੁਤ ਬਣੇ ਆ, ਸ਼ੈੱਡ ਤੁਸੀਂ ਜਿਹੜੇ ਲਵੇ ਖੜੇ ਆ ਆਪਾਂ ਇਹਨਾਂ ਵਾਲੇ ਬਣੇ ਨੇ, ਹੁਣ ਵੀ ਇਹੀ ਆਸ ਰੱਖਦੇ ਇਹਨਾਂ ਤੋਂ, ਹੁਣ ਵੀ ਨਾਲ ਖੜਿਆ ਵੀ ਵਧੀਆ ਕੰਮ ਕਰਾਂਗੇ, ਵਧੀਆ ਸੋਚ ਨਾਲ ਕੰਮ ਕਰਾਂਗੇ। ਤਾਂ ਬਿਲਕੁਲ ਪਿੰਡ ਬਡਰੁੱਖਾਂ ਦੀ ਸਾਥਾ ਹੈ, ਮਹਾਰਾਜਾ ਰਣਜੀਤ ਸਿੰਘ ਦੇ ਨਾਨਕੇ ਨੇ, ਉਹਨਾਂ ਦੇ ਮਾਤਾ ਜੋ ਰਾਜ ਕੌਰ ਸੀ ਇੱਥੇ ਦੇ ਜੰਮਪਲ ਸੀ, ਕਿਤੇ ਨਾ ਕਿਤੇ ਵੱਡਾ ਪਿੰਡ ਆ, 7000 ਪਿੰਡ ਦੀ ਵੋਟ ਹੈਗੀ ਆ, 10-12 ਹਜ਼ਾਰ ਪਾਪੂਲੇਸ਼ਨ ਆ। ਤਾਂ ਸਰਪੰਚ ਦੇ ਵੱਲੋਂ ਹਜੇ ਆਪਣਾ ਮੈਨੀਫੈਸਟੋ ਜਾਰੀ ਕਰ ਦਿੱਤਾ ਗਿਆ, ਨੋਮੀਨੇਸ਼ਨ ਫਾਈਲ ਕਰਨੀ ਆ, ਲੋਕਾਂ ਦੇ ਵਿੱਚ ਡਿਮਾਂਡ ਕਰ ਰਹੇ ਆ, ਫਿਲਹਾਲ ਹਸਤਾ ਕੋਈ ਹੋਰ ਮੈਦਾਨ ਦੇ ਵਿੱਚ ਨਹੀਂ ਕਹਿ ਰਹੇ, ਤਾਂ ਲੋਕਾਂ ਦੇ ਕੋਲ ਡਿਮਾਂਡ ਜ਼ਰੂਰ ਕੀਤੀ ਜਾ ਰਹੀ ਹੈ ਕਿ ਇਹ ਤੁਹਾਡੇ ਪਿੰਡ ਦੇ ਕੰਮ ਨੇ, ਨਸ਼ੇ ਦੇ ਖਿਲਾਫ ਅਸੀਂ ਵੱਡੇ ਪੱਧਰ ਦੇ ਉੱਪਰ ਕੰਮ ਕਰਾਂਗੇ, ਨੌਜਵਾਨਾਂ ਦੇ ਲਈ ਵੀ ਜਿਹੜੇ ਵੱਡੇ ਨੇ ਖੇਡ ਮੈਦਾਨ ਜਿੰਮ ਵਗੈਰਾ ਲੈ ਕੇ ਜਾਵਾਂਗੇ। ਤਾਂ ਆਉਣ ਵਾਲੇ ਸਮੇਂ 'ਚ ਕੀ ਕੋਈ ਹੋਰ ਪਿੰਡ ਦੇ ਵਿੱਚ ਨਿਤਰ ਕੇ ਆਊਗਾ? ਕਿਉਂਕਿ ਜਦੋਂ ਵੋਟ ਜ਼ਿਆਦਾ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਕੰਪੀਟੀਸ਼ਨ ਵੀ ਬਣ ਜਾਂਦਾ, ਹੋਰ ਵੀ ਕੋਈ ਬੰਦਾ ਦੇਖ ਲੈਂਦਾ, ਪਰ ਆਉਣ ਵਾਲਾ ਸਮਾਂ ਦੇਖਦੇ ਹਾਂ ਕਿ ਕਿਸ ਤਰੀਕੇ ਦਾ ਜਿਹੜਾ ਪਿੰਡ ਬਡਰੁੱਖਾਂ ਦਾ ਮਾਹੌਲ ਉਹ ਬਣੂਗਾ। ਜੀ ਜੀ ਜੀ, ਬਹੁਤ ਬਹੁਤ ਸ਼ੁਕਰੀਆ ਚਰਨਜੀਤ ਕੌਸ਼ਲ। ਅਤੇ ਪਿੰਡ ਬੰਡਰੁੱਖਾ ਤੋਂ ਲਾਈਵ ਸੀ, ਮਹਾਰਾਜਾ ਰਣਜੀਤ ਸਿੰਘ ਦਾ ਨਾਨਕਾ ਪਿੰਡ ਹੈ, ਹਾਲਾਂਕਿ ਅੱਜ ਪਹਿਲਾ ਦਿਨ ਹੈ ਨੋਮੀਨੇਸ਼ਨ ਪੇਪਰ ਫਾਈਲ ਕਰਨ ਦਾ, ਅਤੇ ਤਮਾਮ ਜੋ ਪਿੰਡ ਵਾਸੀ ਨੇ ਉਹਨਾਂ ਦੇ ਵੱਲੋਂ ਮੁੱਦੇ ਦੱਸੇ ਗਏ ਕਿ ਕੁਛ ਅਹਿਮ ਮੁੱਦੇ ਜੋ ਨੇ ਇਹਨਾਂ ਪੰਚਾਇਤੀ ਚੋਣਾਂ 'ਚ ਸਰਗਰਮ ਰਹਿਣ ਵਾਲੇ। ਪੰਜਾਬ 'ਚ ਪੰਚਾਇਤੀ ਚੋਣਾਂ ਦਾ ਬਿਗੁਲ ਜੋ ਹੈ ਵੱਧ ਚੁੱਕਿਆ ਹੈ। ਨੋਮੀਨੇਸ਼ਨਸ ਅੱਜ ਤੋਂ ਭਰੇ ਜਾਣਗੇ, 27 ਸਪਟੈਂਬਰ ਤੋਂ ਲੈ ਕੇ 4 ਅਕਤੂਬਰ ਤੱਕ। ਜੋ ਪੜਤਾਲ ਹੈ, ਸਕਰੂਟਨੀ ਹੈ, ਉਹ 5 ਅਕਤੂਬਰ ਨੂੰ ਹੋਏਗੀ, ਅਤੇ ਉਸ ਤੋਂ ਬਾਅਦ ਵਿਦਡਰੋਲ ਆਫ ਨੋਮੀਨੇਸ਼ਨ ਪੇਪਰ 7 ਅਕਤੂਬਰ ਨੂੰ ਹੋਣਗੇ, ਅਤੇ 15 ਅਕਤੂਬਰ ਨੂੰ ਦੱਸਦੇ ਕਿ ਵੋਟਿੰਗ ਪਏਗੀ ਅਤੇ ਚੋਣਾਂ ਦੇ ਨਤੀਜੇ ਵੀ ਉਸ ਦਿਨ ਆਉਣਗੇ। ਅਤੇ ਨੋਮੀਨੇਸ਼ਨ ਫੀਸ 100 ਰੁਪਏ ਹੈ। ਖਰਚ ਜੋ ਪੰਚ ਦੀ ਚੋਣ ਦੇ ਲਈ 40,000 ਰੁਪਇਆ ਜੋ ਕੈਂਡੀਡੇਟ ਹੈ ਉਹ ਐਕਸਪੈਂਡੀਚਰ ਲਿਮਿਟ ਹੈ, ਉਹ ਖਰਚ ਕਰ ਸਕਦਾ ਹੈ ਸਰਪੰਚ ਦੀ ਚੋਣ ਲਈ। ਅਤੇ ਪੰਚ ਦੀ ਚੋਣ ਲਈ 30,000 ਐਕਸਪੈਂਡੀਚਰ ਲਿਮਿਟ ਜੋ ਹੈ ਸਟੇਟ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਤੈਅ ਕੀਤੀ ਗਈ।